ਮੈਂ ਕਿਉਂ ਬੁਲਾਵਾਂ ਤੁਸੀਂ ਮੈਨੂੰ ਦੱਸੋ ਕਿਵੇਂ ਪਹੁੰਚੇ ਹੋ ਇੱਥੇ ਤੂੰ ਬੁਲਾ ਤਾਂ ਸਹੀ ਉਹਨੇ ਪਤਾ ਲਾ ਲਾ ਠੀਕ ਹੈ ਮੈਂ ਕੌਣ ਆ ਵਿੱਕੀ ਬਾਈ ਵਿੱਕੀ ਬਾਬੂ ਅਰੇ ਮੇਰਾ ਛੋਟਾ ਭਰਾ ਵਿੱਕੀ ਬਾਬੂ ਤੇ ਤੁਸੀਂ ਖੈਰ ਕਰ ਕਿਤੇ ਨਾ ਪਹੁੰਚੇ ਇੱਥੇ ਅੱਲਾਹ ਦਾ ਸ਼ੁਕਰ ਹੈ ਬੱਸ 'ਚ ਬੈਠਾ ਅੱਛਾ ਬੱਸ 'ਚ ਕੋਈ ਸੀਟ ਨਹੀਂ ਸੀ ਮੈਂ ਖਲੋ ਗਿਆ ਕੰਡਕਟਰ ਕਹਿੰਦਾ ਪਿੱਛੇ ਚਲੇ ਜਾਓ ਅੱਛਾ ਮੈਂ ਪਿੱਛੇ ਚਲਾ ਗਿਆ ਉਹ ਕਹਿੰਦਾ ਅੱਗੇ ਚਲੇ ਜਾਓ ਉਹ ਕਹਿੰਦਾ ਪਿੱਛੇ ਚਲੇ ਜਾਓ ਮੈਂ ਕਿਹਾ ਜੇ ਮੈਂ ਤੁਰ ਕੇ ਜਾਣਾ ਫਿਰ ਮੈਂ ਉੱਤਰ ਕੇ ਚਲੇ ਜਾਣਾ ਸੇਵਨ ਗੱਡੀ ਲੈ ਕੇ ਚੱਲਾ ਜਾਓ ਫਿਰ ਕਿਸੇ ਘਰੋਂ ਬੁਲਾਓ ਤੇ ਉਹ ਕਰਦੇ ਅਸੀਂ ਮਿੰਬਰ ਆ ਵੱਡਾ ਭਰਾ ਮੈਂ ਛੋਟਾ ਤੁਸੀਂ ਤਾਰਫ ਕਰਾਓ ਤੁਸੀਂ ਅੱਛਾ ਜੇ ਬੰਦੇ ਨੂੰ ਕੂੜੇ ਚੋਂ ਵੀ ਸਹੀ ਜੂਸ ਲੱਭ ਜਾਂਦਾ ਨਾ ਕਿਸੇ ਨੂੰ ਖਾਂਦਿਆਂ ਵੇਖਦੇ ਆ ਨਾ ਕਿਸੇ ਨੂੰ ਭੁੱਖਿਆਂ ਵੇਖਦੇ ਆ ਤੁਸੀਂ ਵੀ ਨਹੀਂ ਮੈਨੂੰ ਬਾਣੀ ਨੇ ਹੱਥ ਨਹੀਂ ਲਾਉਣਾ ਮੈਂ ਜੁਮਾ ਪੜਨਾ ਹੁੰਦਾ ਹੀ ਕਰਦੇ ਵਾਲਾ ਸਾਲਾ ਮਸੀ ਤੋਂ ਜੁੱਤੀ ਚੁੱਕੀ ਹੋ ਕਹਿੰਦੇ ਸੀ ਟਿੰਡ ਕਰਦੇ ਹੋ ਕਹਿੰਦਾ ਇੱਕ ਪੈਰ ਲੈ ਲਓ ਫੌਜੀ ਕਟਿੰਗ ਕਰਦੇ ਹੋ ਆਪਣੇ ਆਪੇ ਨਾ ਮਸੀਤੇ ਗਿਆ ਕਹਿੰਦਾ ਆਪਾਂ ਹੀ ਮਸੀਤੀਆਂ ਟੁੱਟੀਆਂ ਲਾ ਲਈਏ ਫਿਰ ਆਪਾਂ ਕਹਿੰਦਾ ਪੁੱਤਰ ਗਨਾਹ ਹੁੰਦਾ ਕਹਿੰਦਾ ਫਿਰ ਵਾਸ਼ਰੂਮ ਦੀਆਂ ਲਾ ਲੈਂਦੇ ਲੱਗਦਾ ਮੂੰਹ ਖੋਲਣਾ ਹੀ ਪੈਣਾ ਇਹਦੇ ਮੁਰਸ਼ਦ ਆਏ ਘਰ ਅੱਛਾ ਇਹਨੇ ਮੁਰਸ਼ਦਾਂ ਦੀ ਖਿਦਮਤ ਸ਼ੁਰੂ ਕਰਤੀ ਅੱਛਾ ਔਰ ਇਹ ਕਿੱਥੋਂ ਪਾ ਕੀ ਮਾਰੇ ਆ ਕੇ ਤੇ ਮੁਰਸ਼ਦ ਨੂੰ ਮਾਰਿਆ ਮੁਰਸ਼ਦ ਦੀ ਵਿੱਚ ਕੀ ਪਾ ਲਈਏ ਮੁਰਸ਼ਦ ਕਹਿੰਦਾ ਚੁੱਪ ਕਰਕੇ ਅੱਧਾ ਕਿਲੋ ਕੀਮਾ ਪਾ ਬੱਬਰ ਸ਼ੇਰ ਕਾਲੇ ਰੰਗ ਦਾ ਜ਼ਿੰਦਗੀ ਚ ਪਹਿਲੀ ਵਾਰੀ ਈਦ ਵਾਲੇ ਦਿਨ ਪੈਂਟ ਕੋਟ ਪਾਇਆ ਭਾਣ ਨੇ ਅੱਛਾ ਜੀ ਪੈਂਟ ਕੋਟ ਪਾ ਕੇ ਤੇ ਭਾਈ ਇੰਜ ਜਾ ਰਿਹਾ ਉਹ ਬਗੌਰ ਨਾ ਵੇਖਿਆ ਕੋਟ ਦਾ ਬਟਨ ਪੈਂਟ ਨੂੰ ਲਾਇਆ ਹਰ ਬੰਦਾ ਹੀ ਖੋਤੀ ਦੇ ਬੱਚੇ ਚਲੋ ਪੁੱਛ ਲੈਂਦੇ ਭੈਣ ਇੱਧਰ ਜਾਣਾ ਕਿ ਇੱਧਰ ਇੱਧਰ ਨਾ ਹੀ ਜਾਣਾ ਸਾਰੀ ਫੈਮਿਲੀ ਦਾ ਬੇੜਾ ਗਰਕ ਹੋਇਆ ਸਾਰੀਆਂ ਭੈਣਾਂ ਫੀਨੀਆਂ ਲੱਗਦਾ ਜੈਕੀ ਚੈਨ ਦੀ ਫਿਲਮ ਸ਼ੁਰੂ ਹੋ ਗਈ ਮੈਨੂੰ ਇਹ ਮਜ਼ਾ ਆਇਆ ਕਿ ਭਾਰਤ ਕੱਲ ਇੰਗਲੈਂਡ ਤੋਂ ਆਇਆ ਵੀ ਮਾਫ਼ੀ ਨਾ ਲੋਕਾਂ ਨੂੰ ਖਵਾ ਕੇ ਖੁਸ਼ ਹੁੰਦਾ ਬੜਾ ਚੰਗੇ ਦਿਲ ਦਾ ਬੜੇ ਚੰਗੇ ਦਿਲ ਇਹਨਾਂ ਮੇਰੀ ਦਾਵਤ ਕੀਤੀ ਇਹਨਾਂ ਪਕਾਈ ਮੱਛੀ ਅੱਛਾ ਯਕੀਨ ਕਰ ਮੇਰੇ ਅੱਗੇ ਸਾਲਣ ਆਇਆ ਐਡੀ ਇੱਕ ਬੋਟੀ ਤੇ ਛੋਰਾ ਹੀ ਛੋਰਾ ਤੇ ਕਹੀ ਗੱਲ ਖੋ ਖੋ ਬੜੀ ਦੂਰੋਂ ਫੜਕ ਲਿਆ ਮੱਛੀ ਖੋ ਖੋ ਬੜੀ ਦੂਰੋਂ ਫੜਕ ਲਿਆ ਮੱਛੀ ਮੈਂ ਕਿਹਾ ਤੁਹਾਡਾ ਹੀ ਹੌਂਸਲਾ ਐਡੀ ਦੂਰੋਂ ਫੜ ਲਿਆ ਮੇਰੇ ਕੋਲ ਤੇ ਇੱਧਰ ਹੀ ਬੜੀ ਆ ਗਈ ਅਮਾਨਤ ਚੰਨ ਬੜਾ ਮਸ਼ਹੂਰ ਆਦਮੀ ਮੈਂ ਦਾਵਾ ਕਰਨੀ ਹੈ ਅੱਛਾ ਉਹਨੂੰ ਘਰ ਬੁਲਾਓ ਫਿਰ ਮੈਂ ਅਮਾਨਤ ਚੰਨ ਸਾਹਿਬ ਨੂੰ ਘਰ ਬੁਲਾ ਅੱਛਾ ਅਮਾਨਤ ਚੰਨ ਸਾਹਿਬ ਆ ਕੇ ਬੈਠੇ ਥੋੜੇ ਦਿਨ ਮੇਰੀ ਅੰਮੀ ਗਈ ਅੰਮੀ ਕਹਿੰਦੀ ਕਿਹੜੇ ਅਮਾਨਤ ਚੰਨ ਮੈਂ ਕਿਹਾ ਇਹ ਜੀ ਕਹਿੰਦੀ ਹਾਂ ਮੈਂ ਤੇ ਕਸਟਰ ਬਣਾ ਬੈਠੀ ਹੈ
ਸਿੱਖ ਨਹੀਂ ਖਾ ਰਿਹਾ ਕਮੀਜ਼ ਖਾਈ ਜਾਣ ਡਿਆ ਪਾਨ ਬਾਥਰੂਮ ਚ ਬੈਠਾ ਪਾਨ ਖਾਣ ਡਿਆ ਮੈਂ ਕਿਹਾ ਬੋਰ ਨਹੀਂ ਆ ਰਹੀ ਕਹਿੰਦਾ ਨਹੀਂ ਮੈਂ ਆਪਣਾ ਨਾ ਮਿੱਠਾ ਖਾਣ ਡਿਆ ਅੱਛਾ ਬਾਈ 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 ਨਹੀਂ ਐ ਬੱਬਰ ਸ਼ੇਰ ਹੈ ਭਾਈ ਭਾਈ ਬਾਥਰੂਮ ਚ ਬੈਠਾ ਉਹ ਤਾਂ ਜਿੰਨ ਆ ਗਿਆ ਜਿੰਨ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ ਕਹਿੰਦਾ ਮੈਨੂੰ ਧੋ ਦੇ ਪਰਚਾ ਹੋ ਗਿਆ ਉਹ ਕਿਵੇਂ ਇੱਕ ਦੂਜੇ ਨੂੰ ਲੱਗੇ ਸਨ ਸਾਰੇ ਵੱਡੇ ਭਰਾ ਦੀ ਮੇਰੀ ਹੋਈ ਨੇ ਇਹਨਾਂ ਦੇ ਘਰ ਹੀ ਲਗਾ ਰਿਹਾ ਸੀ ਨਾ ਭਾਬੀ ਨਾ ਆਪਣੀ ਵਾਈਫ ਨੂੰ ਕਹਿੰਦਾ ਭਲੀਏ ਲੋਕੇ ਕਰੇਲੇ ਪਕਾ ਅੱਜ ਕਰੇਲੇ ਖਾਣ ਨੂੰ ਦਿਲ ਕਰਦਾ ਬੁੱਤ ਕਰੇਲੇ ਧਾਗਾ ਲਵੇਟ ਕੇ ਕਹਿੰਦੀ ਸਰਤਾਜ ਧਾਗਾ ਕਰਨੀ ਕਰਦਾ ਤੜਕੇ ਲਿਆਓ ਬਾਜ਼ਾਰਾਂ ਤੇ ਨਾਲ ਕਰੇਲਾ ਲੈ ਗਿਆ ਕਹਿੰਦਾ ਤੈਨੂੰ ਹੱਥ ਲੱਗੀ ਜਾਵੇ ਇਹਦੀ ਬੁੱਢੀ ਕਹਿੰਦੀ ਜੇ ਪੈਂਪਰ ਲੈ ਕੇ ਆਇਆ ਦੁਕਾਨ ਤੇ ਜਾ ਕੇ ਨਾ ਭੁੱਲ ਗਿਆ ਹੁਣ ਕਿਹੜਾ ਆਪਣਾ ਇਹਦੀ ਕੇਸਿੰਗ ਦੇ ਦਿਓ ਭਾਬੀ ਨਾਲ ਲਾਹੌਰੋਂ ਜੇਲ੍ਹ ਜਾ ਰਿਹਾ ਗੱਡੀ ਨਾਲ ਵੀ ਦੋਸਤ ਬੈਠੀ ਕੁੜੀ ਸਭ ਤੋਂ ਚੰਗਾ ਭਾਈ ਕਹਿੰਦੀ ਆਪਣੇ ਸੀ ਮੁਗਲ ਸਾਡਾ ਘਰ ਨਿੱਚ ਮਾਰੀ ਤੇ ਤੰਬੀ ਥੱਲੇ ਡਿੱਗੀ ਨਾਲੇ ਤੰਬੀ ਪਾਰਨ ਨਾਲ ਕਹਿ ਰਿਹਾ ਅੱਛਾ ਵੀ ਯਾਦ ਕਰਨ ਵਾਲੇ ਅੱਜ ਤੂੰ ਧੂੜਾ ਹੀ ਘੁੱਟਦੀਆਂ ਉਹਨੂੰ ਉੱਤੇ ਸੁੱਟ ਕੇ ਸਰੀਰ ਮੁੱਠੀ ਆ ਕੇ ਸਿੱਧੀ ਆ ਭਾਬੀ ਨਾਲ ਵਿਚਾਰਾ ਪੀਜ਼ਾ ਲੈਣ ਗਿਆ ਪੀਜ਼ਾ ਅੱਛਾ ਤੇ ਦੁਕਾਨਦਾਰ ਨੇ ਕਿਹਾ ਵੀ ਪੀਜ਼ੇ ਦਾ 8 ਪੀਸ ਕਰ ਦਈਏ ਕਿ 4 ਕਹਿੰਦਾ 4 ਕਰ ਦਿਓ 8 ਨਹੀਂ ਖਾਦ ਜਾਣੇ ਮਿਠਾਈ ਦੁਕਾਨ ਤੋਂ ਕਿਲੋ ਮਿਠਾਈ ਹਜ਼ਾਰ ਲੈ ਕੇ ਨਾ ਉਹਦੀ ਦੁਕਾਨ ਤੇ ਕੋਈ ਲੰਗੜਾ ਬਣ ਕੇ ਲੰਘਣ ਡਿਆ ਉਹ ਕਹਿੰਦਾ ਮੈਂ ਤੈਨੂੰ ਪਛਾਣ ਲਿਆ ਕਹਿੰਦਾ ਪਛਾਣ ਲਿਆ ਤਾਂ ਕਿਲੋ ਹੋ ਗਏ ਡਰ ਗਈ
ਦੇਗੇ ਪਛਾਣ ਲਈ। ਚਾਰ ਬਾਬੂ ਆ ਚਾਰ ਬਾਬੂ ਦੇਖਿਆ ਨਾ ਹਾਂ ਨੀਲਾ ਸ਼ੁਕਰ ਕਰੋ ਤੁਹਾਨੂੰ ਸ਼ਹਿਰ ਚ ਜਿਹੜੀਆਂ ਸੋਹਣੀਆਂ ਕੁੜੀਆਂ। ਮੈਂ ਤੇ ਪਿੰਡ ਕੁੜੀ ਨੂੰ ਕਿਹਾ ਮੈਂ ਕਿਹਾ ਮੈਂ ਤੇਰੇ ਨਾਲ ਪਿਆਰ ਕਰਨਾ। ਅੱਛਾ ਹਾਂਜੀ ਤੂੰ ਵੀ ਪਿਆਰ ਕਰਨ ਲੱਗ ਪਿਆ ਤੇ ਵਾਢੀਆਂ ਤੇਰਾ ਪਿਓ ਕਰੇਗਾ। ਅਸਲ ਦੇ ਵਿੱਚ ਪਾਇਨ ਤਾਂ ਇਸ ਲਈ ਫੋਨ ਕੀਤਾ ਕਿ ਅਸੀਂ ਸਾਰੇ ਬੜੇ ਪਰੇਸ਼ਾਨ। ਇਹ ਤਾਂ ਮੈਨੂੰ ਪਤਾ, ਇਹਨਾਂ ਨੂੰ ਪਤਾ, ਇਹਨਾਂ ਦਾ ਮੈਂ ਖਾਨਦਾਨੀ ਨੌਕਰ ਆ ਪਿੰਡ ਚ। ਇਹਨਾਂ ਦੇ ਮਾਂ ਪਿਓ ਨੇ ਭੇਜਿਆ ਵੀ ਜਾ ਸਾਡੀਆਂ ਧੀਆਂ ਨੂੰ ਉੱਥੇ ਪ੍ਰੋਬਲਮ ਹੁੰਦੀ ਆ। ਅੱਛਾ ਚਾਂਦ ਬਾਬੂ ਤੁਹਾਡੇ ਹੀ ਨਾਲ? ਹਾਂ ਤੇ ਸੋਹਣ ਭੈਣ ਸਾਨੂੰ ਮਾਫ ਕਰ ਦੇਣਾ, ਤੁਸੀਂ ਤਾਂ ਬੜੇ ਵਧੀਆ ਹੋ। ਹੋਇਆ ਕੀ? ਅਸਲ ਦੇ ਵਿੱਚ ਨਾ ਭੈਣ ਅੱਬੂ ਸਾਨੂੰ ਬਹੁਤ ਤੰਗ ਕਰਦੇ ਨੇ, ਕੋਈ ਖਰਚਾ ਨਹੀਂ ਦੇ ਰਹੇ। ਨੁਕਰਾਣੀ ਰੱਖੀ, ਨੁਕਰਾਣੀ ਅੱਬੂ ਦਾ ਕੰਮ ਕਰਦੇ। ਮੈਂ ਕਹਿ ਦਿੰਦਾ ਤਾਂ ਤੁਸੀਂ ਬੇਸ਼ਰਮੋ ਕੰਮ ਕਰ ਲਓ ਕੋਈ। ਦਮ ਜਵਾਨ ਦੀ ਮੌਤ ਹੈ ਭੈਣ। ਭੈਣ ਤੁਸੀਂ ਸਾਡਾ ਕੋਈ ਖਿਆਲ ਕਰੋ, ਕੋਈ ਤੁਸੀਂ ਸਾਨੂੰ ਐਸੀ ਕੋਈ ਐਸੀ ਕਿਉਂ ਦਿੰਦਾ ਤੇਰਾ ਪਿਓ ਪੈਸੇ? ਤੁਹਾਨੂੰ ਸਮਝ ਨਹੀਂ ਆ ਰਹੀ ਭੈਣ, ਇੱਕ ਫੈਕਟਰੀ ਆ ਤੇਰੀ ਮਾਂ ਦਾ ਕੀ ਹਾਲ ਹੈ? ਅੰਮੀ ਤੇ ਮਾਂ ਤੇਰੀ ਮਰ ਗਈ ਹੈ। ਓਹੋ 20 ਸਾਲ ਹੋ ਗਏ ਭੈਣ ਦੀ। ਤਦੇ ਫਿਰ ਮਰੀ ਕਿਥਾਂ ਤੇਰੀ ਮਾਂ? ਬਸ ਜੀ ਉਹ ਪਿੰਡ ਵੱਡਾ ਸੀ। ਲੱਖ ਲੱਖ